ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਮੁਖ ਸੰਧੂ, ਤੁਸੀਂ ਦੇਖ ਰਹੇ ਹੋ ਆਪਣਾ ਜੱਟ ਬਾਬੇ ਟੈਲੀਵਿਜ਼ਨ। ਸਭ ਤੋਂ ਪਹਿਲਾਂ ਤਾਂ ਭਰਾਵੋ ਤੁਹਾਡਾ ਬਹੁਤ ਧੰਨਵਾਦ ਆ ਕਿ 1.5 ਲੱਖ ਦੇ ਆਸ ਪਾਸ ਆਪਾਂ ਪਹੁੰਚ ਗਏ ਸਬਸਕ੍ਰਾਈਬਰ ਆਪਣੇ, ਅਤੇ ਉਮੀਦ ਕਰਦੇ ਹਾਂ ਅੱਗੇ ਨੂੰ ਵੀ ਆਪਣਾ ਪਿਆਰ ਬਣਾ ਕੇ ਰੱਖੋਗੇ ਇਸੇ ਤਰ੍ਹਾਂ, ਹੈ ਨਾ। ਕਈ ਵਾਰੀ ਕੋਈ ਨਿਊਜ਼ ਦਿਖਾਉਂਦੇ ਹੋਏ ਬਾਅਦ ਘੱਟ ਹੋ ਗਈ ਹੋਵੇ ਤਾਂ ਵੀਰੇ ਮਾਫ਼ੀ ਮੰਗਦੇ ਹਾਂ। ਕਈ ਵਾਰੀ ਹੋ ਜਾਂਦਾ ਯਾਰ ਕੁਛ ਖ਼ਬਰਾਂ ਹੀ ਦਿਖਾਈਆਂ ਜਾਂਦੇ ਨੇ ਵਿੱਚ, ਜਿਹਦੇ ਕਰਕੇ ਕੁਛ ਕੁ ਵੀ ਨਾਰਾਜ਼ ਹੋ ਜਾਂਦੇ ਨੇ। ਪਰ ਭਰਾਵੋ ਇਹਦੇ ਵਿੱਚ ਕੀ ਹੁੰਦਾ ਕਿ ਜੇ ਦੋ ਬੰਦਿਆਂ ਦੀ ਖ਼ਬਰ ਦਿਖਾਵਾਂਗੇ ਥੋੜ੍ਹੇ ਜਿਹੇ ਇੱਕ ਦੂਸਰੇ ਦੇ ਐਂਟੀ ਹੁੰਦੇ ਨੇ ਬੰਦੇ, ਹੈ ਨਾ। ਅਤੇ ਪਰ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਸਹੀ ਸਹੀ ਖ਼ਬਰ ਦਿਖਾਈਏ, ਜ਼ਿਆਦਾ ਲੂਣ ਮਿਰਚ ਮਸਾਲਾ ਲਾ ਕੇ ਨਾ ਦਿਖਾਈ ਜਾਵੇ ਲੋਕਾਂ ਵਾਂਗੂ। ਜਿਵੇਂ ਗੱਲ ਹੈਗੀ ਆ ਸੇਮ ਦੀ ਸੇਮ ਦੱਸੀ ਜਾਵੇ, ਪਰ ਫਿਰ ਵੀ ਯਾਰ ਕੁਛ ਕੁ ਲੋਕ ਮੱਚਦੇ ਨੇ ਤਾਂ ਕਰੀਏ ਕੀ ਵੀਰੇ, ਹੈ ਨਾ ਯਾਰ। ਬਾਕੀ ਭਰਾਵੋ ਤੁਸੀਂ ਕਿਹੜੇ ਸਬਸਕ੍ਰਾਈਬਰ ਆਪਣੇ ਨਾਲ ਜੁੜਿਓ, ਇਸੇ ਤਰ੍ਹਾਂ ਜੁੜੇ ਰਹੋ। ਆਪਾਂ ਵੀ ਤੁਹਾਡੇ ਨਾਲ ਵਾਅਦਾ ਕਰਦੇ ਹਾਂ, ਜੋ ਸਹੀ ਸਹੀ ਖ਼ਬਰ ਹੋਇਆ ਕਰੂਗੀ ਉਹੀ ਦਿਖਾਉਣ ਦੀ ਤੁਹਾਡੇ ਨਾਲ ਕੋਸ਼ਿਸ਼ ਹੁਣ ਵੀ ਰਹਿੰਦੀ ਹੈ ਅਤੇ ਅੱਗੇ ਨੂੰ ਵੀ ਰਿਹਾ ਕਰੂਗੀ, ਹੈ ਨਾ। ਚਲੋ ਹੁਣ ਵੱਧਦੇ ਹਾਂ ਅੱਜ ਦੀ ਖ਼ਬਰ ਵੱਲ। ਸ਼ੁਰੂਆਤ ਕਰਦੇ ਹਾਂ ਸਿੱਧੂ ਬਾਈ ਦੇ ਨਵੇਂ ਗਾਣੇ ਤੋਂ, ਜਿਹੜਾ ਕਿ ਉਹਨਾਂ ਨੇ ਆਪਣੀ ਮਾਂ ਨੂੰ ਸਮਰਪਿਤ ਕਰਿਆ, ਜਿਸ ਦਾ ਨਾਮ ਹੈ ਡੀਅਰ ਮੰਮਾ। ਤੁਸੀਂ ਯਕੀਨ ਨਹੀਂ ਕਰੋਗੇ ਦੋਸਤੋ, ਇਸ ਗਾਣੇ ਨੇ ਰਿਲੀਜ਼ ਹੁੰਦੀ ਸਾਰੀ ਇੰਨੀ ਧਮਾਲ ਮਚਾਈ ਹੈ ਕਿ ਇਸ ਨੂੰ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਵੱਡੇ ਸਟਾਰਾਂ ਨੇ ਵੀ ਸ਼ੇਅਰ ਕਰਿਆ। ਮਿਸ ਪੂਜਾ ਗੁਰੂ ਰੰਧਾਵਾ, ਐਮੀ ਵਿਰਕ ਅਤੇ ਮਨਿੰਦਰ ਬੂਟਰ ਤੋਂ ਇਲਾਵਾ ਹੋਰ ਵੀ ਬਹੁਤ ਵੱਡੇ ਵੱਡੇ ਸਟਾਰ ਨੇ ਜਿਨ੍ਹਾਂ ਨੇ ਕਿ ਇਸ ਗਾਣੇ ਦੀ ਖੁੱਲ੍ਹ ਕੇ ਸਪੋਰਟ ਕਰੀ ਹੈ। ਇੱਕ ਰਿਕਾਰਡ ਇਹਦੇ ਨਾਲ ਹੋਰ ਵੀ ਬਣ ਗਿਆ ਕਿ ਇਹ ਗਾਣਾ ਤਕਰੀਬਨ 5 ਕੁ ਘੰਟਿਆਂ ਦੇ ਵਿੱਚ 1 ਮਿਲੀਅਨ ਪਹੁੰਚ ਗਿਆ। ਸਿਰਫ 5 ਘੰਟਿਆਂ ਦੇ ਆਸ ਪਾਸ ਹੀ 1 ਮਿਲੀਅਨ ਦੇ ਆਸ ਪਾਸ ਇਹ ਗਾਣਾ ਪਹੁੰਚ ਗਿਆ, ਤਾਂ ਇਹ ਵੀ ਸਿੱਧੂ ਮੂਸੇਵਾਲੇ ਵਾਸਤੇ ਇੱਕ ਬਹੁਤ ਵੱਡੀ ਉਪਲਬਧੀ ਹੈ, ਕਿਉਂਕਿ ਇਹ ਵੀ ਕਿਹਾ ਜਾ ਰਿਹਾ ਕਿ ਸਿੱਧੂ ਬਾਈ ਦੀ ਕਲਮ ਦਾ ਸਭ ਤੋਂ ਬੈਸਟ ਗਾਣਾ। ਬੰਟੀ ਬੈਂਸ ਨੇ ਵੀ ਇਸ ਦੇ ਉੱਪਰ ਇੱਕ ਪੋਸਟ ਪਾ ਕੇ ਹੀ ਕਿਹਾ ਸੀ ਕਿ ਸਿੱਧੂ ਦੀ ਕਲਮ ਦਾ ਸਭ ਤੋਂ ਬੈਸਟ ਗਾਣਾ ਅੱਜ ਤੱਕ ਦਾ। ਬਾਕੀ ਯਾਰ ਇਸ ਗਾਣੇ ਦਾ ਕਿਹੜਾ ਕੱਲਾ ਲੱਭ ਜਾਣਾ, ਮੈਂ ਕਹਿੰਦਾ ਕਿਆ ਹੀ ਬਾਤ ਆ ਯਾਰ ਬਾਈ, ਇੰਨਾ ਠੋਕ ਕੇ ਲਿਖਿਆ ਵੀਰ ਨੇ ਯਾਰ, ਵੀ ਹਰ ਇੱਕ ਬੰਦੇ ਨੂੰ ਐਂ ਲੱਗੂਗਾ ਯਾਰ ਇਹ ਮੇਰੇ ਵਾਸਤੇ ਗਾਇਆ, ਮੇਰੀ ਮਾਂ ਵਾਸਤੇ ਗਾਇਆ। ਸਭ ਤੋਂ ਪਹਿਲਾਂ ਸਿੱਧੂ ਬਾਈ ਨੂੰ ਮੁਬਾਰਕਾਂ, ਅਤੇ ਦੂਜਾ ਧੰਨਵਾਦ ਵੀ ਹੈ ਕਿ ਲੋਕਾਂ ਨੂੰ ਇੰਨਾ ਵਧੀਆ ਗਾਣਾ ਦਿੱਤਾ। ਦੂਸਰਾ ਇਹ ਉਹਨਾਂ ਬੰਦਿਆਂ ਦੇ ਮੂੰਹ 'ਤੇ ਇੱਕ ਥੱਪੜ ਵੀ ਹੈ ਜਿਹੜੇ ਕਹਿੰਦੇ ਕਿ ਸਿੱਧੂ ਮੂਸੇਵਾਲਾ ਸਿਰਫ ਹਥਿਆਰ ਵਾਲੇ ਗਾਣੇ ਲਿਖ ਸਕਦਾ। ਜਵਾਬ ਦਿੱਤਾ ਕਿ ਹਥਿਆਰ ਵਾਲੇ ਨਹੀਂ, ਮੈਂ ਹਰ ਤਰ੍ਹਾਂ ਦੇ ਗਾਣੇ ਲਿਖ ਸਕਦਾ। ਜਿਵੇਂ ਕਿ ਸਿੱਧੂ ਮੂਸੇਵਾਲਾ ਇੱਕ ਸਟੇਜ ਦੇ ਉੱਪਰ ਵੀ ਕਹਿ ਚੁੱਕਿਆ ਕਿ ਜਦੋਂ ਸਮਾਂ ਬਦਲੂਗਾ ਕਿਹੋ ਜਿਹਾ ਸਮਾਂ ਆਊਗਾ ਮੈਂ ਆਪਣੇ ਆਪ ਨੂੰ ਉਵੇਂ ਢਾਲ ਲੂੰਗਾ। ਮਤਲਬ ਕਿ ਜੇ ਅੱਜ ਲੋਕ ਹਥਿਆਰ ਵਾਲੇ ਗਾਣੇ ਪਸੰਦ ਕਰ ਰਹੇ, ਕੱਲ੍ਹ ਨੂੰ ਕੋਈ ਹੋਰ ਸਮਾਂ ਆਊ ਮੈਂ ਉਹ ਵੀ ਲਿਖ ਲੂੰ, ਮੇਰੀ ਕਲਮ ਦੇ ਵਿੱਚ ਐਡਾ ਦਮ ਹੈਗਾ, ਤਾਂ ਉਹ ਬਾਈ ਨੇ ਸਾਬਤ ਵੀ ਕਰਤਾ। ਇਹ ਤਾਂ ਹੋ ਗਈ ਸਿੱਧੂ ਬਾਈ ਦੇ ਨਵੇਂ ਗਾਣੇ ਦੀ ਗੱਲ। ਦੂਸਰਾ ਨੰਬਰ ਦੱਸਦੇ ਨੇ ਕਿ ਇਹ ਟ੍ਰੈਂਡਿੰਗ ਨੰਬਰ 8 ਦੇ ਵਿੱਚ ਚੱਲ ਰਿਹਾ, ਅਤੇ 7 ਨੰਬਰ 'ਤੇ ਸਿੱਧੂ ਬਾਈ ਦੀ ਜੋ ਫੁੱਲ ਐਲਬਮ ਆਈ ਸੀ ਉਹ 7 ਨੰਬਰ 'ਤੇ ਆ। 7 ਅਤੇ 8 ਸਿੱਧੂ ਮੂਸੇਵਾਲਾ ਦੇ ਦੋਨੋਂ ਬੁੱਕ ਨੇ ਟ੍ਰੈਂਡਿੰਗ ਲਿਸਟ ਦੇ ਵਿੱਚ। ਅਤੇ ਹੁਣ ਵੱਧਦੇ ਹਾਂ ਅਗਲੀ ਖਬਰ ਵੱਲ, ਉਹ ਇਹ ਆ ਕਿ ਸਿੱਧੂ ਮੂਸੇਵਾਲਾ ਨੇ ਸਨੀ ਮਾਲਟਨ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰੋਂ ਬਲੌਕ ਮਾਰਤਾ। ਇਸ ਦਾ ਕਾਰਨ ਇਹ ਵੀ ਹੋ ਸਕਦਾ ਕਿਉਂਕਿ ਸਿੱਧੂ ਮੂਸੇਵਾਲਾ ਜਦੋਂ ਵੀ ਕੋਈ ਪੋਸਟ ਪਾਉਂਦਾ, ਸਨੀ ਮਾਲਟਨ ਅਕਸਰ ਦੇਖਿਆ ਗਿਆ ਕਿ ਉਸ ਦੇ ਨੀਚੇ ਕਈ ਤਰ੍ਹਾਂ ਦੇ ਕਮੈਂਟ ਕਰਦਾ ਰਹਿੰਦਾ, ਮਤਲਬ ਫਨੀ ਟੈਪ, ਜਿਸਦੀਆਂ ਕਿ ਫਨੀ ਵੀਡੀਓ ਟਿਕਟੋਕ ਦੇ ਉੱਪਰ ਵੀ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ। ਤਾਂ ਹੋ ਸਕਦਾ ਕਿ ਮੂਸੇਵਾਲਾ ਨੂੰ ਬੁਰਾ ਲੱਗਿਆ ਹੋਵੇ ਕਿ ਯਾਰ ਅਕਸਰ ਅਹੀਆਂ ਪੋਸਟਾਂ ਆਉਂਦੀਆਂ ਰਹਿੰਦੀਆਂ, ਇਸੇ ਕਰਕੇ ਉਹਨਾਂ ਨੇ ਬਲੌਕ ਕਰਤਾ। ਇਸ ਦਾ ਖੁਦ ਸਕਰੀਨਸ਼ਾਟ ਸਨੀ ਮਾਲਟਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਸ਼ੇਅਰ ਕਰਿਆ। ਅਤੇ ਅਗਲੀ ਅਪਡੇਟ ਇਹ ਹੈ ਕਿ ਜੌੜਾ ਫਗਵਾੜਾ ਨਾਮ ਤੋਂ ਇੱਕ ਸਿੰਗਰ ਆ, ਜਿਸਦਾ ਕਿ ਗਾਣਾ ਪਿੱਛੇ ਜੇ ਬਹੁਤ ਜ਼ਿਆਦਾ ਵਾਇਰਲ ਹੋਇਆ ਸੀ, ਅਤੇ ਇਹ ਗਾਣਾ ਬਿਗ ਬਰਡ ਨੇ ਹੀ ਕਰਿਆ ਸੀ, ਅਤੇ ਬਿਗ ਬਰਡ ਜੌੜੇ ਫਗਵਾੜੇ ਨੂੰ ਫੋਲੋ ਕਰਦਾ ਸੀ ਇੰਸਟਾਗ੍ਰਾਮ ਦੇ ਉੱਪਰ। ਇਹ ਸਕਰੀਨਸ਼ਾਟ ਵੀ ਨਾਲ ਲਗਾ ਦਿੰਦੇ ਹਾਂ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਗ ਬਰਡ ਨੇ ਜੌੜੇ ਫਗਵਾੜੇ ਨੂੰ ਫੋਲੋ ਕਰਾਇਆ। ਪਰ ਇਸ ਦੇ ਵਿੱਚ ਨਵਾਂ ਮੋੜ ਉਦੋਂ ਆਇਆ ਕਦੋਂ ਹੁਣ ਬਿਗ ਬਰਡ ਨੇ ਜੌੜੇ ਫਗਵਾੜੇ ਨੂੰ ਅਨਫੋਲੋ ਕਰਤਾ। ਇਸ ਦਾ ਕਾਰਨ ਇਹ ਸੀ ਕਿ ਜੌੜੇ ਫਗਵਾੜੇ ਨੇ 12 ਕੁ ਘੰਟੇ ਪਹਿਲਾਂ ਜੌੜੇ ਫਗਵਾੜੇ ਨੇ ਆਪਣੇ ਇੰਸਟਾਗ੍ਰਾਮ ਦੇ ਉੱਪਰ ਇੱਕ ਪੋਸਟ ਪਾਈ ਸੀ। ਉਹ ਇੱਕ ਫੋਟੋ ਸੀ ਜਿਹੜੀ ਕਿ ਸਿੱਧੂ ਮੂਸੇਵਾਲੇ ਦੇ ਨਾਲ ਸੀ। ਜਦੋਂ ਇਹ ਫੋਟੋ ਬਿਗ ਬਰਡ ਦੇਖਦਾ ਤਾਂ ਬਿਗ ਬਰਡ ਨੂੰ ਸ਼ਾਇਦ ਗੁੱਸਾ ਆਇਆ, ਉਹਨਾਂ ਨੇ ਜੌੜੇ ਫਗਵਾੜੇ ਨੂੰ ਵੀ ਆਪਣੀ ਲਿਸਟ 'ਚੋਂ ਬਾਹਰ ਕੱਢਤਾ ਅਤੇ ਅਨਫੋਲੋ ਕਰਤਾ ਉਹਨਾਂ ਨੂੰ। ਤਾਂ ਦੋਸਤੋ ਇਹ ਕੁਝ ਮੂਸੇਵਾਲੇ ਬਾਈ ਦੇ ਨਾਲ ਜੁੜੀਆਂ ਹੋਈਆਂ ਜਾਣਕਾਰੀ ਸੀ, ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਲਈਏ। ਤਾਂ ਦੋਸਤੋ ਅਗਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਜੱਟ ਬਾਬੇ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਧੰਨਵਾਦ, ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਨਾਲ।